ਨਾਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਲਈ ਭਾਈ ਨੰਦ ਲਾਲ ਜੀ ਦੇ ਬੋਲ ਨੇ, ਜਿਨ੍ਹਾਂ ਦੀ ਬਾਂਹ ਕੋਈ ਨਹੀਂ ਫੜਦਾ ਉਹਦੀ ਬਾਂਹ ਕਲਗੀਆਂ ਵਾਲਾ ਫੜਦਾ ਹੈ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਸਹਾਰਾ ਨਹੀਂ ਉਹਦਾ ਸਹਾਰਾ ਹੈ ਕਲਗੀਆਂ ਵਾਲਾ, ਜਿਹਦੀ ਕੋਈ ਬਾਂਹ ਨਹੀਂ ਫੜਦਾ ਉਹਦੀ ਬਾਂਹ ਫੜਦਾ ਗੁਰੂ ਗੋਬਿੰਦ ਸਿੰਘ, ਜਿਹਨੂੰ ਕੋਈ ਥਾਂ ਨਹੀਂ ਮਿਲਦੀ ਇਹ ਨਿਥਾਵਿਆਂ ਦਾ ਥਾਂ ਹੈ, ਜਿਹਨੂੰ ਕੋਈ ਓਟ ਆਸਰਾ ਨਹੀਂ ਉਹਦਾ ਓਟ ਆਸਰਾ ਹੈ ਗੁਰੂ ਗੋਬਿੰਦ ਸਿੰਘ, ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਜਿਹਨੂੰ ਐਸੀ ਮੁਸ਼ਕਲ ਬਣ ਜਾਏ ਜਿਹਦੀ ਬਾਂਹ ਕੋਈ ਨਾ ਫੜਦਾ ਹੋਵੇ, ਬੇਸਹਾਰਾ ਹੋ ਜਾਵੇ, ਜਿਹਨੂੰ ਕੋਈ ਥਾਂ ਨਾ ਮਿਲਦੀ ਹੋਵੇ, ਜਿਹਨੂੰ ਕੋਈ ਓਟ ਆਸਰਾ ਨਾ ਮਿਲੇ, ਉਹਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਬਾਂਹ ਫੜਦਾ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਜਾਂ ਤੋਂ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਭੀ ਭੱਜ ਖਲੇ, ਭੱਜੇ ਸਭੋ ਆਸਰਾ ਚੁੱਕੇ ਸਭ ਸਰਾਓ, ਜੀ ਤਾਵੇ ਉਸ ਪਾਰ ਬ੍ਰਹਮ ਤਾਂ ਲਗੇ ਨਾ ਤੱਤੀ ਵਾਓ। ਇਹ ਸਤਿਗੁਰ ਦੇ ਬੋਲ ਨੇ, ਇਸ ਕਰਕੇ ਭਾਈ ਨੰਦ ਲਾਲ ਕਹਿੰਦੇ ਨੇ ਏਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੀ ਬਾਂਹ ਕੋਈ ਨੀ ਫੜਦਾ ਉਹਦੀ ਬਾਂਹ ਵਰਗੀਆਂ ਵਾਲੇ ਨੇ ਫੜੀ ਹੈ। ਸਤਿਗੁਰੂ ਕਹਿੰਦੇ ਨੇ ਸਿਰ ਸੱਚੇ ਪਾਤਸ਼ਾਹ ਮਹਾਰਾਜ ਆਪ ਆਈਨਾ ਦੇ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਇਹ ਤੇ ਰੱਬ ਦਾ ਆਈਨਾ ਹੈ। ਆਓ ਵਾਜੋ ਦਸਮੇਸ਼ ਪਿਤਾ ਸਿੱਖੀ।